ਸਤਿ ਸ਼੍ਰੀ ਅਕਾਲ ਜੀ। ਇਸ ਸਪੈਸ਼ਲ ਪ੍ਰੋਗਰਾਮ 'ਚ ਆਪਣੇ ਸਭ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ। ਪ੍ਰੋਗਰਾਮ ਸਪੈਸ਼ਲ ਇਸ ਲਈ ਕਿਉਂਕਿ ਸਾਡੇ ਸਟੂਡੀਓ 'ਚ ਸਪੈਸ਼ਲ ਮਹਿਮਾਨ ਮੌਜੂਦ ਨੇ, ਹੋਮਿਓਪੈਥੀ ਵਿਦ ਡਾਕਟਰ ਚੌਧਰੀ ਇਸ ਪ੍ਰੋਗਰਾਮ ਦਾ ਨਾਮ ਹੈ, ਔਰ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਡਾਕਟਰ ਇਫਤਿਖਾਰ ਚੌਧਰੀ। ਬਹੁਤ ਬਹੁਤ ਸਵਾਗਤ ਹੈ ਜੀ। ਹੋਮਿਓਪੈਥੀ ਔਰ ਜਿਹੜੀਆਂ ਹਰਬਲ ਦਵਾਈਆਂ ਨੇ, ਇਸ ਸੈਗਮੈਂਟ ਦੇ ਮਸ਼ਹੂਰ ਨਾਮ ਨੇ ਡਾਕਟਰ ਚੌਧਰੀ, ਔਰ ਹਜ਼ਾਰਾਂ ਮਰੀਜ਼ ਜਿਹੜੇ ਨੇ ਇਹਨਾਂ ਤੋਂ ਇਲਾਜ ਕਰਾ ਕੇ ਇਹਨਾਂ ਦੇ ਮਰੀਜ਼ ਹੋ ਚੁੱਕੇ ਨੇ, ਇਹਨਾਂ ਦੇ ਫੈਨ ਹੋ ਚੁੱਕੇ ਨੇ, ਅਸੀਂ ਇਹ ਕਹਿ ਸਕਦੇ ਹਾਂ। ਔਰ ਉਹਨਾਂ ਨੇ ਐਲੋਪੈਥੀ ਔਰ ਦੂਜੀਆਂ ਦਵਾਈਆਂ ਛੱਡ ਕੇ ਹੁਣ ਹੋਮਿਓਪੈਥੀ ਔਰ ਹਰਬਲ ਦਵਾਈਆਂ ਜਿਹੜੀਆਂ ਉਹ ਖਾਣੀਆਂ ਸ਼ੁਰੂ ਕਰ ਦਿੱਤੀਆਂ ਨੇ। ਡਾਕਟਰ ਇਫਤਿਖਾਰ ਚੌਧਰੀ ਸਾਹਿਬ ਦਾ ਨਿਊਯਾਰਕ ਦੇ ਵਿੱਚ ਕਲੀਨਿਕ ਹੈ, ਜੈਕਸਨ ਹਾਈਟ ਇਲਾਕੇ ਦੇ ਵਿੱਚ, ਔਰ ਉੱਥੇ ਵੀ ਤੁਸੀਂ ਜਾ ਕੇ ਇਹਨਾਂ ਨਾਲ ਗੱਲ ਕਰ ਸਕਦੇ ਹੋ, ਮਿਲ ਸਕਦੇ ਹੋ। ਅਸੀਂ ਇਹਨਾਂ ਦਾ ਫੋਨ ਨੰਬਰ ਤੁਹਾਨੂੰ ਦੱਸ ਦਿਆਂ ਜੀ, 7186360 ਇਹ ਨੰਬਰ ਹੈ, ਤੁਸੀਂ ਨੋਟ ਕਰ ਲਓ। ਔਰ ਇਸ 'ਤੇ ਆਪਣੀ ਕੋਈ ਵੀ ਸਮੱਸਿਆ ਜਿਹੜੀ ਹੋਈ, ਕੋਈ ਵੀ ਪਰੇਸ਼ਾਨੀ ਲਿਖੋ, ਇਹਨਾਂ ਦੇ ਸਟਾਫ ਨੂੰ ਲਿਖਾਓ, ਡਾਕਟਰ ਸਾਹਿਬ ਦੇ ਨਾਲ ਅਪੁਆਇੰਟਮੈਂਟ ਫਿਕਸ ਕਰ ਸਕਦੇ ਹੋ। ਡਾਕਟਰ ਸਾਹਿਬ, ਅੱਜ ਜਿਹੜਾ ਸਾਨੂੰ ਕਾਫੀ ਸਾਰੇ ਈਮੇਲਸ ਆਏ, ਕਈ ਸਾਰੇ ਫੋਨਸ ਆਏ, ਇੱਕੋ ਸੈਗਮੈਂਟ ਅਸੀਂ ਅੱਜ ਟੱਚ ਕਰਨਾ ਚਾਹਾਂਗੇ, ਉਹ ਹੈਗਾ ਕਿ ਜਿਹੜੇ ਸਾਡੇ ਕਈ ਦਰਸ਼ਕ ਨੇ ਉਹਨਾਂ ਨੂੰ ਦਵਾਈਆਂ ਖਾਣ ਦੀ ਆਦਤ ਹੈ। ਉਹ ਕਹਿੰਦੇ ਨੇ ਅਸੀਂ ਸਾਰਾ ਦਿਨ ਦਵਾਈਆਂ ਦੇ ਫੱਕੇ ਮਾਰਦੇ ਰਹਿੰਦੇ। ਕਈ ਸਾਡੇ ਬਜ਼ੁਰਗ ਨੇ ਜਿਹੜੇ ਕਹਿੰਦੇ ਸੀ 12 ਗੋਲੀਆਂ ਰੋਜ਼ ਖਾਈਦੀਆਂ, 13 ਗੋਲੀਆਂ ਖਾਂਦੇ ਆ। ਐਲੋਪੈਥੀ ਦੀਆਂ ਦਵਾਈਆਂ ਖਾ ਕੇ ਉਹਨਾਂ ਨੇ ਆਪਣੇ ਮਤਲਬ ਸਮਝਦੇ ਬਾਡੀ ਦਾ ਨਾਸ਼ ਕਰ ਲਿਆ, ਇੰਟਰਨਲ ਔਰਗਨਸ ਨੂੰ ਇੰਨਾ ਨੁਕਸਾਨ ਪਹੁੰਚ ਜਾਂਦਾ। ਇਹ ਦਵਾਈਆਂ ਖਾਣ ਦੀ ਜਿਹੜੀ ਆਦਤ ਹੈ, ਕਿਸੇ ਅਲਮਾਰੀ 'ਚੋਂ ਕੱਢੋ, ਕਿਤੇ ਪੁਰਾਣੀ ਪੁੜੀਆ ਕੱਢ ਲਓ, ਦਾਦੇ ਦੀ ਦਵਾਈ ਪੋਤੇ ਨੇ ਖਾ ਲਈ, ਭਰਾ ਦੀ ਦਵਾਈ ਭਰਜਾਈ ਨੇ ਖਾ ਲਈ, ਪਿਓ ਦੀ ਦਵਾਈ ਪੁੱਤ ਨੇ ਖਾ ਲਈ, ਵੀ ਮੈਂ ਲਿਆਇਆ ਸੀ, ਮੈਂ ਚੰਗਾ ਹੋ ਗਿਆ, ਪੁੱਤ ਤੂੰ ਵੀ ਖਾ ਲੈ। ਇਹ ਜਿਹੜੀ ਹੈਬਿਟ ਸਾਡੇ ਲੋਕਾਂ ਦੇ ਵਿੱਚ ਹੁੰਦੀ ਹੈ, ਇਹ ਅੰਦਰ ਹੀ ਅੰਦਰ ਕਿੰਨਾ ਨੁਕਸਾਨ ਕਰਦੀ, ਇਸ ਬਾਰੇ ਜਿਹੜਾ ਥੋੜ੍ਹਾ ਜਿਹਾ ਇਹਨਾਂ ਨੂੰ ਗਿਆਨ ਦੋ ਸਾਰਾ। ਜੀ ਜ਼ਰੂਰ, ਕਿਉਂ ਨਹੀਂ। ਹਾਂਜੀ, ਬਹੁਤ ਅੱਛਾ ਕੁਐਸਚਨ ਕੀਤਾ ਤੁਸੀਂ, ਔਰ ਇਹ ਬਹੁਤ ਹੀ ਕਾਮਨ ਪ੍ਰੋਬਲਮ ਹੈ, ਔਰ ਸਪੈਸ਼ਲੀ ਸਾਡੇ ਲੋਕਾਂ 'ਚ, ਕਿ ਦਵਾਈ ਕਿਸੇ ਦੀ ਦਵਾਈ ਕਿਸੇ ਨੇ ਐਂਟੀਬਾਇਓਟਿਕ ਖਾ ਲਈ, ਦੋ ਗੋਲੀਆਂ ਖਾ ਕੇ ਠੀਕ ਹੋ ਗਈ, ਉਹਦੇ ਬਾਅਦ ਉਹ ਐਂਟੀਬਾਇਓਟਿਕ ਦਾ ਕੋਰਸ ਪੂਰਾ ਨਹੀਂ ਕੀਤਾ, ਉਹ ਦਵਾਈਆਂ ਪਈਆਂ ਨੇ, ਕਿਸੇ ਹੋਰ ਨੂੰ ਪ੍ਰੋਬਲਮ ਹੋਇਆ ਘਰ 'ਚ, ਉਹਨੂੰ ਦੇ ਦਿੱਤੀ, ਉਹ ਖਾ ਲਈ, ਜਾਂ ਉਹਨੂੰ ਕਿਸੇ ਨੇ ਕਿਹਾ ਜੀ ਮੈਨੂੰ ਇਹ ਲੱਕ 'ਚ ਦਰਦ ਹੁੰਦਾ, ਮੈਨੂੰ ਡਾਕਟਰ ਨੇ ਦਵਾਈ ਦਿੱਤੀ ਸੀ, ਯਾਰ ਤੁਹਾਨੂੰ ਲੱਕ 'ਚ ਦਰਦ ਹੋ ਰਿਹਾ, ਤੁਸੀਂ ਵੀ ਖਾ ਲਓ, ਪਾਪਾ ਜੀ ਦੇ ਕੈਪਸੂਲ ਕਿੱਥੇ ਪੈਨੇ ਉਹ ਦੇ ਦਿਓ। ਹਾਂਜੀ ਬਿਲਕੁਲ, ਅਤੇ ਇਹ ਚੀਜ਼ਾਂ ਨੇ ਇੱਕ, ਔਰ ਇੱਕ ਤਾਂ ਪ੍ਰੋਬਲਮ ਆਇਆ, ਦੂਸਰਾ ਪ੍ਰੋਬਲਮ ਇਹ ਹੈ ਕਿ ਡਾਕਟਰ ਨੇ ਤੁਹਾਨੂੰ ਦਵਾਈ ਲਾਈ ਹੋਈ ਹੈ, ਉਹਦੀ ਸਭ ਤੋਂ ਕਾਮਨ ਪ੍ਰੋਬਲਮ ਦੀ ਦਵਾਈ ਹੈ ਅੱਜ ਕੱਲ੍ਹ, ਇੱਕ ਫੈਸ਼ਨ ਦੇ ਤੌਰ 'ਤੇ ਦਵਾਈ ਹੈ ਕਿ ਕੋਲੈਸਟਰੋਲ, ਅਗਰ ਤੁਹਾਡਾ ਕੋਲੈਸਟਰੋਲ ਥੋੜ੍ਹਾ ਜਿਹਾ ਵੀ ਵੱਧ ਜਾਂਦਾ ਅਤੇ ਉਹ ਡਾਕਟਰ ਚੈੱਕਅਪ ਕਰਦੇ ਆ, ਤੁਹਾਨੂੰ ਦਵਾਈ ਦੇ ਦਿੰਦੇ ਆ, ਤੁਸੀਂ ਖਾਈ ਜਾਂਦੇ ਹੋ, ਔਰ ਕਈ ਦਫ਼ਾ ਤੁਸੀਂ ਡਾਕਟਰ ਕੋਲ ਜਾਂਦੇ ਵੀ ਨਹੀਂ ਵਿਜ਼ਿਟ ਕਰਨ, ਔਰ ਉਹ ਦਵਾਈਆਂ ਆਪੇ ਲੈ ਕੇ ਖਾਈ ਜਾ ਰਹੇ ਹੋ। ਹੁਣ ਕੋਲੈਸਟਰੋਲ ਜਿਹੜੀ ਇੱਕ ਪ੍ਰੋਬਲਮ ਹੈ, ਜਿਹੜਾ ਕਿ ਤੁਸੀਂ ਆਪਣੇ ਫੂਡ ਨਾਲ ਵੀ ਉਹਨੂੰ ਕੰਟਰੋਲ ਕਰ ਸਕਦੇ ਹੋ, ਦੇਸੀ ਜੜੀ ਬੂਟੀਆਂ ਖਾ ਕੇ ਵੀ ਉਹਨੂੰ ਥੱਲੇ ਲਿਆ ਸਕਦੇ ਹੋ ਉਹਦਾ ਲੈਵਲ, ਅਤੇ ਇਹ ਐਡਵਾਈਜ਼ੇਬਲ ਹੈ ਰਾਦਰ ਦੈਨ ਤੁਸੀਂ ਕੋਲੈਸਟਰੋਲ ਦੀ ਦਵਾਈ ਖਾ ਕੇ ਆਪਣੀਆਂ ਹੋਰ ਹੱਡੀਆਂ ਨੂੰ ਕਮਜ਼ੋਰ ਕਰ ਲਓ, ਮਸਲਸ ਨੂੰ ਕਮਜ਼ੋਰ ਕਰ ਲਓ, ਔਰ ਬਹੁਤ ਵੀਕਨੈਸ ਹੋ ਜਾਂਦੀ ਹੈ ਕੋਲੈਸਟਰੋਲ ਦੀ ਦਵਾਈ ਖਾ ਕੇ। ਮੈਂ ਉਹਨਾਂ ਮਰੀਜ਼ਾਂ ਦੀ ਨਹੀਂ ਗੱਲ ਕਰ ਰਿਹਾ ਜਿਹੜੇ ਬਹੁਤ ਜ਼ਿਆਦਾ ਸੀਰੀਅਸ ਨੇ, ਹਾਰਟ ਪ੍ਰੋਬਲਮਸ ਨੇ ਬਹੁਤ ਜ਼ਿਆਦਾ, ਲਾਈਕ ਯੂ ਨੋ ਲਾਈਫ ਥਰੈਟਨਿੰਗ ਸਿਚੁਏਸ਼ਨ ਵਿੱਚ ਅਗਰ ਡਾਕਟਰ ਤੁਹਾਨੂੰ ਕੋਈ ਦਵਾਈ ਦਿੰਦੇ ਨੇ ਤਾਂ ਉਹ ਤੁਹਾਨੂੰ ਖਾਣੀ ਚਾਹੀਦੀ ਹੈ। ਲੇਕਿਨ ਆਮ ਮਤਲਬ ਯੰਗ ਬੱਚੇ ਵੀ ਨੇ, ਜਿਸ ਤਰ੍ਹਾਂ ਅਗਰ ਉਹਨਾਂ ਦੀ ਉਮਰ 20s 'ਚ ਹੈ, 30s 'ਚ ਹੈ, 40s 'ਚ ਹੈ, ਲੇਕਿਨ ਉਹ ਥੋੜ੍ਹਾ ਬਹੁਤ ਕੋਲੈਸਟਰੋਲ ਹੈ, ਜਿਸ ਤਰ੍ਹਾਂ ਅਗਰ 200 ਤੋਂ ਅਗਰ 2-4 ਪੁਆਇੰਟ ਵੀ ਉੱਤੇ ਹੈ, 210, 220, 250 ਤੱਕ ਵੀ ਹੈ, ਅਤੇ ਉਹ ਡਾਕਟਰ ਤੁਹਾਨੂੰ ਦਵਾਈ ਦੇ ਦਿੰਦੇ ਆ, ਉਹ ਤੁਸੀਂ ਦਵਾਈ ਖਾਂਦੇ ਰਹਿੰਦੇ ਹੋ। ਦਵਾਈਆਂ ਜਿਹੜੀਆਂ ਨੇ ਜ਼ਰੂਰਤ ਦੇ ਟਾਈਮ 'ਤੇ ਸ਼ੋਰਟ ਟਾਈਮ ਵਾਸਤੇ ਖਾ ਲਓ, ਠੀਕ ਹੈ। ਐਲੋਪੈਥਿਕ ਦਵਾਈਆਂ ਨੇ ਬਹੁਤ ਵੰਡਰਫੁੱਲ, ਉਹਨਾਂ ਦੇ ਰਿਜ਼ਲਟ ਨੇ ਬਹੁਤ ਲਾਈਫ ਸੇਵਿੰਗ ਡਰੱਗਸ ਨੇ, ਔਰ ਮੈਂ ਕੋਈ ਉਹਨਾਂ ਦੇ ਖਿਲਾਫ ਨਹੀਂ ਆਏ ਕਿ ਬਿਲਕੁਲ ਨਹੀਂ ਖਾਣੀਆਂ ਚਾਹੀਦੀਆਂ, ਲੇਕਿਨ ਸਿਰਫ ਇਹ ਕਿ ਤੁਸੀਂ ਅਗਰ ਉਹਨੂੰ ਆਦਤ ਬਣਾ ਲਓ, ਔਰ ਉਹਦੇ ਬਗੈਰ ਤੁਹਾਡਾ ਗੁਜ਼ਾਰਾ ਹੀ ਨਾ ਹੋਵੇ, ਔਰ ਤੁਸੀਂ ਆਪਣੀ ਬਾਡੀ ਨੂੰ ਯੂਜ਼ ਟੂ ਹੋ ਜਾਂਦੇ ਹੋ। ਇੱਕ ਬਹੁਤ ਅੱਛਾ ਕੋਲੈਸਟਰੋਲ ਦੀ ਦਵਾਈ ਤੋਂ ਇਲਾਵਾ ਇੱਕ ਹੋਰ ਦਵਾਈ ਹੈ ਜਿਹੜੀ ਕਿ ਪੇਨ ਕਿਲਰ ਹੈ, ਔਰ ਕਈ ਦਫ਼ਾ ਕਿਤਨੇ ਸਾਡੇ ਪੇਸ਼ੈਂਟ ਨੇ ਜਿਹੜੇ ਕਿ ਅਸੀਂ ਉਹਨਾਂ ਨੂੰ ਦਵਾਈ ਛੁਡਾਉਣ ਵਾਸਤੇ ਉਹ ਦਵਾਈਆਂ ਦੇ ਰਹੇ ਹਾਂ ਕਿ ਜਿਹਦੇ ਵਿੱਚ ਸਟਰੋਂਗ ਪੇਨ ਕਿਲਰ 'ਚ ਜਿਹੜੀ ਹੈ ਫੀਮ ਵਗੈਰਾ ਦਾ ਐਕਸਟ੍ਰੈਕਟ ਹੁੰਦਾ, ਅਤੇ ਜਿਹੜਾ ਕਿ ਇੱਕ ਆਦਤ ਬਣ ਜਾਂਦੀ ਹੈ। ਹੁਣ ਕਈ ਲੋਕ ਨੇ ਸਾਡੇ ਜਿਹੜੇ ਕਿ ਉਹ ਦਵਾਈਆਂ ਉਹਨਾਂ ਨੇ ਕਿਸੇ ਦਰਦ ਦੀ ਵਜ੍ਹਾ ਨਾਲ ਸ਼ੁਰੂ ਕੀਤੀਆਂ, ਔਰ ਉਹ ਹੁਣ ਦਵਾਈ ਜਿਹੜੀ ਹੈ ਖਾਂਦੇ ਨੇ ਕਿਉਂਕਿ ਉਹਨਾਂ ਨੂੰ ਉਸ ਦਵਾਈ ਤੋਂ ਬਗੈਰ ਗੁਜ਼ਾਰਾ ਨਹੀਂ, ਉਹਨਾਂ ਦਾ ਉਹਨਾਂ ਦੀ ਬਾਡੀ ਫੰਕਸ਼ਨ ਹੀ ਨਹੀਂ ਕਰਦੀ, ਇੱਕ ਜਿਹੜਾ ਡਰੱਗ ਲੱਗ ਗਈ ਹੈ, ਜਿਸ ਤਰ੍ਹਾਂ ਲੱਤ ਲੱਗ ਜਾਂਦੀ ਲੱਤ, ਹਾਂਜੀ, ਜਿਸ ਤਰ੍ਹਾਂ ਅਫੀਮ ਖਾ ਲਓ, ਡੋਡੇ ਕਿਤਨੇ ਲੋਕ ਖਾਂਦੇ, ਸਾਡੇ ਪੰਜਾਬੀ ਲੋਕ ਨੇ ਉਹ ਡੋਡਿਆਂ ਤੋਂ ਬਗੈਰ ਸੁਬਹਾ ਉਹਨਾਂ ਦਾ ਗੁਜ਼ਾਰਾ ਹੀ ਨਹੀਂ ਹੁੰਦਾ ਨਾਸ਼ਤੇ 'ਚ, ਅਤੇ ਉਹ ਡਰੱਗਸ ਵੀ ਜਿਹੜੀਆਂ ਨੇ ਮਤਲਬ ਆਦਤ ਬਣ ਜਾਂਦੀ ਹੈ, ਅਤੇ ਉਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਜੀ, ਔਰ ਉਹਦਾ ਮੁਮਕਿਨ ਹੈ। ਤੁਸੀਂ ਇੱਕ ਤਾਂ ਆਪਣੇ ਲਾਈਫ ਸਟਾਈਲ, ਹੁਣ ਮੈਂ ਤੁਹਾਨੂੰ ਕੋਲੈਸਟਰੋਲ ਦੇ ਬਾਰੇ 'ਚ ਗੱਲ ਕਰਾਂਗਾ। ਕੋਲੈਸਟਰੋਲ ਅਗਰ ਤੁਸੀਂ ਹੈ ਤੁਹਾਨੂੰ ਜ਼ਿਆਦਾ, ਤੁਸੀਂ ਇੱਕ ਸੇਬ ਖਾਇਆ ਕਰੋ ਸਵੇਰੇ ਖਾਲੀ ਪੇਟ,
ਸੁਬਹਾ ਉੱਠੋ, ਇੱਕ ਗਲਾਸ ਪਾਣੀ ਪੀਓ, ਇੱਕ ਐਪਲ ਖਾ ਲਿਆ ਕਰੋ। ਔਰ ਜਿਹੜੇ ਡਾਇਬਟਿਕ ਲੋਕ ਨੇ ਉਹਨਾਂ ਨੂੰ ਐਪਲ ਖਾਣੇ ਤੋਂ ਪਰਹੇਜ਼ ਕਰਨਾ ਚਾਹੀਦਾ, ਜਾਂ ਕਦੇ ਅਗਰ ਦਿਲ ਕਰੇ ਤਾਂ ਗ੍ਰੀਨ ਐਪਲ ਥੋੜ੍ਹਾ ਜ਼ਿਆਦਾ ਪੀਸ ਖਾ ਲਓ। ਉਹਨਾਂ ਨੂੰ ਇਸਬ ਗੁਲ ਦਾ ਛਿਲਕਾ ਖਾਣਾ ਚਾਹੀਦਾ। ਮਤਲਬ ਦਵਾਈਆਂ ਤੋਂ ਜਿੰਨਾ ਤੁਸੀਂ ਬਚ ਸਕਦੇ ਹੋ, ਤੁਸੀਂ ਆਪਣੀ ਸਿਹਤ ਦਾ ਵੀ ਖਿਆਲ ਰੱਖਣਾ, ਔਰ ਅੰਗਰੇਜ਼ੀ ਦਵਾਈਆਂ ਤੋਂ ਬਗੈਰ ਅਲਟਰਨੇਟਿਵਸ ਹੈਗੇ ਨੇ। ਹਾਂਜੀ, ਦੇਖਣਾ ਚਾਹੀਦਾ। ਅੱਛਾ, ਹਾਂ, ਇੱਕ ਤਾਂ ਇਹ, ਇੱਕ ਪਾਣੀ ਦਾ ਇਸਤੇਮਾਲ ਜ਼ਿਆਦਾ ਕਰਨਾ ਚਾਹੀਦਾ। ਅੱਛਾ, ਅਗਰ ਪੇਨ ਕਿਲਰ ਖਾ ਰਹੇ ਹੋ, ਉਹਦੀ ਵਜ੍ਹਾ ਦੇਖੋ ਕੀ ਪ੍ਰੋਬਲਮ ਹੈ। ਅਗਰ ਤੁਹਾਡੀਆਂ ਹੱਡੀਆਂ, ਜੋੜਾਂ 'ਚ ਦਰਦ ਹੈ, ਮਸਲ ਵੀਕ ਨੇ, ਮਤਲਬ ਕਮਜ਼ੋਰੀ ਹੈ, ਅਤੇ ਉਹਦੇ ਵਾਸਤੇ ਹੋਮਿਓਪੈਥਿਕ ਹਰਬਲ ਦਾ ਇਲਾਜ ਹੈ। ਜੁਆਇੰਟ ਫਾਰਮੂਲਾ ਹੈ, ਥੈਰਾ ਆਇਲ ਹੈ, ਮਾਲਿਸ਼ ਕਰੋ, ਐਕਸਰਸਾਈਜ਼ ਕਰੋ, ਅਤੇ ਤਾਂ ਕਿ ਤੁਹਾਨੂੰ ਪੇਨ ਕਿਲਰ ਨਾ ਖਾਣੇ ਪੈਣ। ਜੀ, ਮਤਲਬ ਅਗਰ ਬਹੁਤ ਮਜਬੂਰੀ ਹੈ ਤੁਸੀਂ ਖਾਣਾ, ਉਹ ਤੁਹਾਨੂੰ ਰਾਈਟ ਅਵੇ ਆਰਾਮ ਦੇ ਦਿੰਦਾ, ਲੇਕਿਨ ਉਹਦੇ 'ਤੇ ਡਿਪੈਂਡ ਨਾ ਕਰੋ। ਹੁਣ ਕਈ ਲੋਕਾਂ ਨੂੰ ਸਿਰ ਦਰਦ ਹੋ ਜਾਂਦਾ, ਮਾਈਗ੍ਰੇਨ ਹੈਡੇਕ ਹੈ, ਬਹੁਤ ਕਾਮਨ ਹੈ, ਔਰਤਾਂ 'ਚ ਜ਼ਿਆਦਾ ਪ੍ਰੋਬਲਮ ਹੈ, ਕਿਉਂਕਿ ਸਟ੍ਰੈਸਫੁੱਲ ਲਾਈਫ ਹੁੰਦੀ ਹੈ ਇੱਥੇ ਔਰਤਾਂ ਦੀ। ਅਮਰੀਕਾ 'ਚ ਤਾਂ ਆ ਜਾਂਦੀਆਂ ਨੇ, ਅਮਰੀਕਾ ਦੇ ਨਾਂ ਤੋਂ, ਲੇਕਿਨ ਰੀਅਲੀ ਬਹੁਤ ਜ਼ਿਆਦਾ ਸਟੋਰੀਆਂ ਜਿਹੜੀਆਂ ਕਿ ਵਿਚਾਰੀਆਂ ਉਹ ਘਰ ਦਾ ਵੀ ਕੰਮ ਕਰਦੀਆਂ ਨੇ, ਬੱਚਿਆਂ ਨੂੰ ਵੀ ਸਕੂਲ ਛੱਡ ਕੇ ਆਉਣਾ, ਲੈ ਕੇ ਆਉਣਾ, ਉਹਨਾਂ ਦਾ ਟੇਕ ਕੇਅਰ ਕਰਨਾ, ਫਿਰ ਜੌਬ ਕਰਨਾ, ਮਤਲਬ ਕਿ ਇੱਕ ਸਹੀ ਗੱਲ ਹੈ। ਅਗਲੇ ਦਿਨ ਇੱਕ ਪੇਸ਼ੈਂਟ ਆਈ ਹੈ, ਕਹਿ ਰਹੀ ਹੈ ਕਿ ਮੈਂ ਸੁਬਹਾ 6 ਵਜੇ ਉੱਠਣੀ ਆ, ਬੱਚਿਆਂ ਨੂੰ ਤਿਆਰ ਕਰਕੇ ਉਹਨਾਂ ਨੂੰ ਸਕੂਲ ਲੈ ਕੇ ਜਾਣਾ, ਉਹਦੇ ਬਾਅਦ ਫਿਰ 9 ਵਜੇ ਮੈਂ ਆਪਣੀ ਜਾਬ 'ਤੇ ਜਾਣਾ, ਫਿਰ 3 ਵਜੇ ਵਾਪਸ ਆਉਣਾ, ਫਿਰ ਬੱਚਿਆਂ ਦਾ ਟੇਕ ਕੇਅਰ ਕਰਨਾ, ਉਹਨਾਂ ਨੂੰ ਖਾਣਾ ਪਾਣੀ ਪਿਆਉਣਾ, ਫਿਰ ਜਾ ਕੇ ਕਿਹੜੇ ਰਾਤ ਨੂੰ 11-12 ਵਜੇ ਮਤਲਬ ਨੀਂਦ ਦਾ ਟਾਈਮ ਮਿਲਦਾ, ਅਤੇ ਸਿਰਫ 5 ਘੰਟੇ ਰੋਜ਼ ਸੌਂ ਕੇ, ਔਰ ਇਹ 7 ਦਿਨ ਦਾ ਮਾਮੂਲ ਹੈ। 1-2 ਦਿਨ ਜਿਹੜੀ ਛੁੱਟੀ ਹੁੰਦੀ ਹੈ, ਉਹਦੇ 'ਚ ਹੋਰ ਕੰਮ ਜਿਹੜੇ ਹੁੰਦੇ ਨੇ ਇੰਨੇ ਘਰ ਦੇ ਹੁੰਦੇ ਨੇ, ਅਤੇ ਇਸ ਤਰ੍ਹਾਂ ਲਾਈਫ ਨੂੰ, ਆਪਣੀ ਜ਼ਿੰਦਗੀ ਨੂੰ, ਆਪਣੀ ਬਾਡੀ ਨੂੰ ਇਤਨਾ ਪ੍ਰੈਸ਼ਰ 'ਚ ਰੱਖਣਾ, ਕਿਉਂਕਿ ਕੰਮ ਤਾਂ ਮੁੱਕਦੇ ਨਹੀਂ। ਕੋਈ ਵੀ ਜਿਸ ਤਰ੍ਹਾਂ ਕੋਈ ਕੰਮ ਕਰ ਰਿਹਾ, ਕੋਈ ਡਾਕਟਰ ਹੈ, ਕੁਝ ਗੱਡੀ ਚਲਾਉਂਦੇ ਨੇ, ਸਟੋਰ ਨੇ, ਵਟ ਐਵਰ ਜੋ ਵੀ ਹੈ, ਮਤਲਬ ਅਗਰ ਤੁਸੀਂ ਆਪਣੀ ਲਾਈਫ ਨੂੰ ਆਪਣੇ ਵਾਸਤੇ ਟਾਈਮ ਨਹੀਂ ਕੱਢੋਗੇ, ਤਾਂ ਇਹ ਬਹੁਤ ਵੱਡੀ ਮਤਲਬ ਸਿਹਤ ਦੀ ਜਿਹੜੀ ਹੈ ਸਭ ਤੋਂ ਵੱਡੀ ਵਜ੍ਹਾ ਹੈ ਨਾ। ਲੋਕ ਬਿਮਾਰ ਹੋ ਰਹੇ ਨੇ ਬਹੁਤ ਜ਼ਿਆਦਾ, ਈਵਨ ਯੰਗ ਏਜ 'ਚ ਬਿਮਾਰ, ਇੱਥੇ 80% ਤੋਂ ਜ਼ਿਆਦਾ ਬੰਦੇ ਜਿਹੜੇ ਨੇ ਬੱਚੇ ਔਰ ਟੀਨੇਜਰ, ਮਤਲਬ ਇਸ ਤਰ੍ਹਾਂ ਦੇ ਯੰਗ ਲੋਕ ਨੇ ਜਿਹੜੇ ਬਿਮਾਰ ਨੇ, ਮਾਂ ਪਿਓ ਜਿਹੜੇ ਨੇ ਉਹ ਲਿਆ ਰਹੇ ਨੇ ਬੱਚਿਆਂ ਦਾ ਇਲਾਜ ਕਰਾਉਣ। ਕੈਨ ਯੂ ਬਿਲੀਵ ਦਿਸ, ਕਿ ਮਤਲਬ 10 ਸਾਲ ਦਾ ਬੱਚਾ, 5 ਸਾਲ ਦਾ, 8 ਸਾਲ ਦਾ, 5-5 ਸਾਲ ਦੇ ਬੱਚੇ ਜਿਹੜੇ ਨੇ 80-80 ਪਾਊਂਡ ਵੇਟ ਹੋ ਗਿਆ ਉਹਨਾਂ ਦਾ, ਇਤਨੇ ਓਵਰ ਵੇਟ, ਖਾ ਖਾ ਕੇ ਹਰ ਚੀਜ਼ ਜਿਹੜੀ ਹੈ ਹਰ ਵੇਲੇ ਬਸ ਖਾਈ ਜਾਣਾ ਖਾਈ ਜਾਣਾ, ਐਕਸਰਸਾਈਜ਼ ਨਹੀਂ ਕਰਨੀ, ਕੰਪਿਊਟਰ 'ਤੇ ਬੈਠੇ ਨੇ, ਗੇਮਾਂ ਖੇਡ ਰਹੇ ਨੇ। ਲਾਸਟ ਟਾਈਮ ਅਸੀਂ ਗੱਲ ਕੀਤੀ ਸੀ, ਉਹਦਾ ਹੱਲ ਕੀ ਹੈ? ਉਹਦਾ ਹੱਲ ਇਹ ਹੀ ਹੈ ਕਿ ਤੁਸੀਂ ਆਪਣੇ ਗੱਲ ਕਿੱਥੋਂ ਤੋਂ ਕਿੱਥੇ ਨਿਕਲ ਜਾਂਦੀ ਹੈ, ਲੇਕਿਨ ਹੈ ਕਿ ਸਾਰਾ ਤੁਹਾਡੀ ਗੱਲ ਠੀਕ ਹੈ ਕਿ ਹਰ ਤਰ੍ਹਾਂ ਦੇ ਜਿਹੜੇ ਸਾਡੀ ਉਮਰ ਦੇ ਬੱਚੇ ਨੇ, ਛੋਟੇ ਨਿਆਣੇ ਨੇ, ਉਹ ਵੀ ਇਸ ਚੀਜ਼ ਦਾ ਸ਼ਿਕਾਰ ਬਣਦੇ ਪਏ ਨੇ। ਅਸੀਂ ਆਪਣੇ ਦਰਸ਼ਕਾਂ ਨੂੰ ਦੱਸਦੇ, ਅੱਜ ਤੁਹਾਨੂੰ ਦੱਸ ਰਹੇ ਹਾਂ ਕਿ ਜੇ ਐਲੋਪੈਥਿਕ ਦਵਾਈਆਂ ਖਾਣ ਦੇ ਨਾਲ ਜਾਂ ਦੂਜੀਆਂ ਜਿਹੜੀਆਂ ਪੁੱਠੀਆਂ ਸਿੱਧੀਆਂ ਦਵਾਈਆਂ ਤੁਸੀਂ ਖਾਂਦੇ ਹੋ, ਕਿਸੇ ਵੀ ਟਾਈਮ ਘਰੋਂ ਚੁੱਕ ਕੇ ਕਿਸੇ ਦੀ ਪੁਰਾਣੀ ਦਵਾਈ ਖਾ ਲਈ, ਉਹਦਾ ਕੀ ਨੁਕਸਾਨ ਹੁੰਦਾ, ਅਤੇ ਹਰਬਲ ਔਰ ਹੋਮਿਓਪੈਥੀ ਦੇ ਵਿੱਚ ਉਹਦੇ ਵਾਸਤੇ ਕੀ ਇਲਾਜ ਹੈ, ਬਿਹਤਰੀਨ ਇਲਾਜ ਹੈ, ਡਾਕਟਰ ਚੌਧਰੀ ਸਾਹਿਬ ਤੁਹਾਨੂੰ ਦੱਸਦੇ ਪਏ ਨੇ। ਤੁਸੀਂ ਡਾਕਟਰ ਸਾਹਿਬ ਨਾਲ ਗੱਲ ਕਰ ਸਕਦੇ ਹੋ, 7183963600 ਡਾਕਟਰ ਸਾਹਿਬ ਦਾ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਆਪਣਾ ਮੈਸੇਜ ਛੱਡ ਸਕਦੇ ਹੋ। ਡਾਕਟਰ ਚੌਧਰੀ ਸਾਹਿਬ ਨਾਲ ਹੁਣੇ ਕੋਈ ਡਾਇਰੈਕਟ ਗੱਲ ਕਰਨਾ ਚਾਹੁੰਦੇ ਹੋ, ਸਟੂਡੀਓ 'ਚ ਬੈਠੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਤਾਂ ਸਾਨੂੰ 7183863622 'ਤੇ ਜਿਹੜਾ ਨੀਚੇ ਨੰਬਰ ਆ ਰਿਹਾ ਹੇਠਾਂ, ਉਹਦੇ 'ਤੇ ਤੁਸੀਂ ਗੱਲ ਕਰਕੇ ਹੁਣੇ ਦੇ ਹੁਣੇ ਡਾਕਟਰ ਸਾਹਿਬ ਤੋਂ ਆਪਣਾ ਕੋਈ ਸਵਾਲ ਪੁੱਛ ਸਕਦੇ ਹੋ। ਡਾਕਟਰ ਸਾਹਿਬ, ਤੁਸੀਂ ਜਿੱਦਾਂ ਗੱਲ ਕੀਤੀ ਕਿ ਹੁਣ ਦਵਾਈਆਂ ਖਾਣ ਦੇ ਨਾਲ ਅਸੀਂ ਕਹਿੰਦੇ ਹਾਂ ਲੋਕ ਹੁਣ ਖਿਹੜਾ ਕਿੱਦਾਂ ਛੁਡਾਉਣ ਜਿਨ੍ਹਾਂ ਦੀ ਆਦਤ ਪੈ ਗਈ ਹੈ, ਕਈਆਂ ਨੇ ਤੁਸੀਂ ਜਿੱਦਾਂ ਜ਼ਿਕਰ ਕੀਤਾ ਵੀ ਸੀਰੀਅਸ ਉਹਨਾਂ ਨੂੰ ਤਾਂ ਮਜਬੂਰੀ ਖਾਣਾ ਪਏਗਾ। ਜੀ ਜੀ, ਬਿਲਕੁਲ। ਹੁਣ ਜਿੱਦਾਂ ਜਿਹੜੇ ਦਵਾਈਆਂ ਦੇ ਫੱਕੇ ਮਾਰ ਮਾਰ ਕੇ ਜਿੰਦਾ ਨੇ, ਜਾਂ ਆਪਾਂ ਕਹੀਏ ਉਹਨਾਂ ਨੂੰ ਆਦਤ ਪੈ ਗਈ, ਉਹ ਕਿੱਦਾਂ ਖਿਹੜਾ ਛੁਡਾਉਣ ਉਹਨਾਂ 'ਚ? ਦੇਖੋ, ਕੋਈ ਵੀ ਕਿਸੇ ਦਾ ਵੀ ਕੋਈ ਪ੍ਰੋਬਲਮ ਹੈ ਜਿਹਦੇ 'ਚ ਕੋਈ ਵੀ ਦਵਾਈ ਖਾ ਰਹੇ ਆ, ਅਗਰ ਐਲਰਜੀ ਦੀ ਦਵਾਈ ਖਾ ਰਹੇ ਨੇ, ਜਾਂ ਮਾਈਗ੍ਰੇਨ ਹੈਡੇਕ ਵਾਸਤੇ ਪੇਨ ਕਿਲਰ ਖਾ ਰਹੇ ਨੇ, ਜਾਂ ਉਹਨਾਂ ਨੂੰ ਜੁਆਇੰਟ ਪੇਨ ਨੇ, ਜਾਂ ਡਾਇਬਟੀਜ਼ ਦੀ ਦਵਾਈ ਖਾ ਰਹੇ, ਜਾਂ ਬਲੱਡ ਪ੍ਰੈਸ਼ਰ ਦੀ ਖਾ ਰਹੇ ਨੇ, ਜਾਂ ਹੋਰ ਇੱਕ ਬੜਾ ਕਾਮਨ ਪ੍ਰੋਬਲਮ ਅੱਜ ਕੱਲ੍ਹ ਬਹੁਤ ਲੋਕਾਂ ਨੂੰ ਇਹ ਪ੍ਰੋਬਲਮ ਹੋ ਰਿਹਾ ਕਿ ਜਿਹਨੇ ਉਹਨਾਂ ਦੀ ਬਾਡੀ 'ਚ ਇਨਫਲੇਮੇਸ਼ਨ ਦੀ ਵਜ੍ਹਾ ਨਾਲ ਉਹਨਾਂ ਦਾ ਸਟਮਕ ਜਿਹੜਾ ਉਹ ਬਹੁਤ ਜ਼ਿਆਦਾ ਪ੍ਰੋਬਲਮ ਕਰਦਾ, ਸਟਮਕ ਅਲਸਰ ਹੋ ਜਾਂਦੇ ਨੇ, ਆਂਦਰਾਂ ਦੇ ਅੰਦਰ ਮਤਲਬ ਕਿ ਅਲਸਰ ਹੋ ਜਾਂਦੇ ਆ, ਇਨਫਲੇਮੇਸ਼ਨ ਹੋ ਜਾਂਦੀ ਹੈ, ਅਤੇ ਡਾਕਟਰ ਉਹਦਾ ਇਲਾਜ ਇਹ ਹੀ ਹੈ ਕਿ ਸਟੀਰੋਇਡ ਦੇ ਦਿੰਦੇ ਆ, ਉਹ ਗੋਲੀਆਂ ਰੋਜ਼ ਖਾ ਰਹੇ ਹੁੰਦੇ ਆ, ਐਂਟੀ ਇਨਫਲੇਮੇਟਰੀ ਡਰੱਗਸ ਹੁੰਦੀਆਂ ਨੇ ਜਿਹੜੀਆਂ ਕਿ ਤੁਸੀਂ ਰੋਜ਼ ਖਾਈ ਜਾਓ ਅਤੇ ਤੁਹਾਡਾ ਪ੍ਰੋਬਲਮ ਠੀਕ ਰਹੇਗਾ, ਅਗਰ ਨਹੀਂ ਖਾਓਗੇ ਜਿਸ ਦਿਨ ਉਸ ਦਿਨ ਫਿਰ ਜ਼ਿਆਦਾ ਪ੍ਰੋਬਲਮ ਵੱਧ ਜਾਏਗਾ। ਪੇਟ 'ਚ ਜਿਹੜਾ ਪ੍ਰੋਬਲਮ, ਬਲੀਡਿੰਗ ਹੁੰਦੀ ਹੈ ਬਹੁਤ ਜ਼ਿਆਦਾ, ਕਦੇ ਡਾਇਰੀਆ ਹੋ ਜਾਂਦਾ, ਕਦੇ ਮਤਲਬ ਕਿ ਕਾਂਸਟੀਪੇਸ਼ਨ ਹੋ ਜਾਂਦੀ ਹੈ, ਉਹਨੂੰ IBS ਵੀ ਕਹਿੰਦੇ ਨੇ, ਕਰੋਨ ਡਿਜ਼ੀਜ਼ ਵੀ ਹੁੰਦੀ ਹੈ, ਉਹ ਸਾਰੀ ਇਨਫਲੇਮੇਸ਼ਨ ਦੀ ਵਜ੍ਹਾ ਨਾਲ ਹੁੰਦੀ ਹੈ ਪ੍ਰੋਬਲਮ, ਔਰ ਆਟੋ ਇਮਿਊਨ ਡਿਜ਼ੀਜ਼
ਡਿਜ਼ੀਜ਼ ਜਿਹੜੀ ਹੈ ਉਹ ਹੈਰੀਡੀਟਰੀ ਫੈਕਟਰ ਵੀ ਹੁੰਦੇ ਆ, ਲੇਕਿਨ ਆਪਣੇ ਖਾਣੇ ਪੀਣੇ ਦੇ ਲਾਈਫ ਸਟਾਈਲ ਦੀ ਵਜ੍ਹਾ ਨਾਲ ਵੀ ਕਿ ਤੁਸੀਂ ਰੋਂਗ ਫੂਡ ਖਾਈ ਜਾ ਰਹੇ ਹੋ, ਉਹ ਡਾਕਟਰ ਜਿਹੜੇ ਆ ਤੁਹਾਨੂੰ ਉਹ ਸਟੀਰੋਇਡ ਦੇ ਰਹੇ ਨੇ ਔਰ ਉਹ ਖਾ ਖਾ ਕੇ ਉਹਦੇ ਹੋਰ ਸਾਈਡ ਇਫੈਕਟ ਹੋ ਜਾਂਦੇ ਆ, ਅਤੇ ਇਹਨਾਂ ਚੀਜ਼ਾਂ ਦਾ ਜਿਹੜਾ ਆਟੋ ਇਮਿਊਨ ਇਮਿਊਨ ਦਾ ਪ੍ਰੋਬਲਮ ਜਿਹੜਾ ਉਹ ਹੋਮਿਓਪੈਥਿਕ ਹਰਬਲ ਦਵਾਈਆਂ ਬਹੁਤ ਜ਼ਿਆਦਾ ਇਫੈਕਟ। ਦਰਸ਼ਕ ਵੀ ਫੋਨ ਕਰਕੇ ਪੁੱਛਣਾ ਚਾਹ ਰਹੇ, ਹੈਲੋ ਜੀ, ਹੈਲੋ ਹੈਲੋ ਜੀ, ਹੈਲੋ, ਕੋਈ ਗੱਲ ਨਹੀਂ, ਤੇ ਸਪੈਸ਼ਲੀ ਜਿਹੜੀ ਅਸੀਂ ਗੱਲ ਕਰ ਰਹੇ ਸੀ, ਤੁਸੀਂ ਚਲੋ ਕੀ ਕਹਿ ਪੁੱਛ ਰਹੇ ਸੀ, ਮੈਂ ਦਰਸ਼ਕ ਦਾ ਫੋਨ ਆ ਗਿਆ ਤੇ ਹਾਂਜੀ ਕੋਈ ਗੱਲ ਨਹੀਂ, ਤੇ ਅਕਸਰ ਲੋਕ ਜਿਹੜੇ ਨੇ ਗੌਰ ਨਾਲ ਸੁਣਦੇ ਆ ਸਾਡੇ ਆਫਿਸ ਦੇ ਨੰਬਰ ਤੇ, ਇਹ ਜਿਹੜਾ ਨੰਬਰ ਸਕਰੀਨ ਤੇ ਆ ਰਿਹਾ 7183963600, ਇਹਦੇ ਤੇ ਕਾਲ ਕਰਕੇ ਤੁਸੀਂ ਆਪਣਾ ਮੈਸੇਜ ਛੱਡ ਦਿਓ ਤੇ ਮੈਂ ਤੁਹਾਨੂੰ ਕਾਲ ਬੈਕ ਕਰ ਲਾਂਗਾ ਡਿਟੇਲ ਨਾਲ, ਕੋਈ ਆ ਰਹੀ ਹੈ ਫੋਨ ਆ ਰਹੀ, ਹਾਂਜੀ ਹੈਲੋ 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 ਹਾਂਜੀ ਸਤਿ ਸ਼੍ਰੀ ਅਕਾਲ ਜੀ, ਹਾਂਜੀ ਕੀ ਪੁੱਛਣਾ ਚਾਹੁੰਦੇ ਹੋ ਡਾਕਟਰ ਚੌਧਰੀ ਸਾਹਿਬ ਨੂੰ ਤੁਸੀਂ, ਕਿ ਆਪਣਾ ਨਾਮ ਤੇ ਆਪਣਾ ਸ਼ਹਿਰ ਦੱਸ ਦਿਓ ਜੀ। ਭਾਜੀ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਜੀ, ਤੇ ਮੇਰੇ ਨਾ ਪੈਰ ਬੜੇ ਦੁਖਦੇ। ਜੀ ਮਨਜੀਤ ਜੀ ਸਤਿ ਸ਼੍ਰੀ ਅਕਾਲ ਜੀ, ਤੇ ਤੁਹਾਨੂੰ ਸ਼ੂਗਰ ਵਗੈਰਾ ਤੇ ਨਹੀਂ ਹੈ, ਡਾਕਟਰ ਕੋਲ ਚੈੱਕਅਪ ਕਰਾਇਆ ਤੁਸੀਂ? ਹਾਂਜੀ। ਕੀ ਦੱਸਿਆ ਡਾਕਟਰ ਨੇ, ਕੋਈ ਡਾਇਗਨੋਸ ਕੀਤੀ ਹੈ ਚੀਜ਼? ਸ਼ੂਗਰ ਨਹੀਂ ਕੋਈ ਨਹੀਂ। ਅੱਛਾ, ਤੇ ਤੁਹਾਨੂੰ ਚਾਹੀਦਾ ਕਿ ਇੱਕ ਤੇ ਤੁਸੀਂ ਥੈਰਾ ਆਇਲ ਮੰਗਾ ਲਓ, ਇੱਕ ਜੁਆਇੰਟ ਫਾਰਮੂਲਾ ਮੰਗਾਓ, ਠੀਕ ਹੈ? ਉਹ ਤੁਸੀਂ ਸਾਡੇ ਨੰਬਰ ਤੇ ਕਾਲ ਕਰਕੇ ਮੰਗਾ ਲਓ ਤੇ ਉਹ ਸ਼ੁਰੂ ਕਰੋ ਤੁਸੀਂ, ਠੀਕ ਹੈ? ਠੀਕ ਹੈ, ਹਾਂਜੀ, ਥੈਂਕ ਯੂ, ਹਾਂਜੀ, ਥੈਂਕ ਯੂ ਜੀ, ਥੈਂਕ ਯੂ ਜੀ। ਤੇ 7183963600 ਇਹ ਨੰਬਰ ਹੈ ਡਾਕਟਰ ਸਾਹਿਬ ਦਾ, ਇਸ 'ਤੇ ਫੋਨ ਕਰਕੇ ਤੁਸੀਂ ਗੱਲ ਕਰ ਲਓ ਅਤੇ ਤੁਸੀਂ ਆਪਣਾ ਮੈਸੇਜ, ਆਪਣਾ ਨਾਮ, ਸਾਰਾ ਐਡਰੈਸ ਛੱਡ ਦਿਓ ਡਾਕਟਰ ਸਾਹਿਬ ਦੀ ਟੀਮ ਨੂੰ, ਔਰ ਡਾਕਟਰ ਸਾਹਿਬ ਤੁਹਾਡੇ ਨਾਲ ਸੰਪਰਕ ਕਰ ਲੈਣਗੇ। ਜਿਸ ਤਰ੍ਹਾਂ ਉਹਨੇ ਮਨਜੀਤ ਜੀ ਨੂੰ ਕਹਿ ਰਹੇ ਲੱਤਾਂ ਦਰਦ ਹੁੰਦੀਆਂ ਨੇ, ਉਹ ਡਾਕਟਰ ਕੋਲ ਗਏ ਨੇ, ਚੈੱਕਅਪ ਕਰਾਇਆ, ਸਾਰਾ ਕੋਈ ਠੀਕ ਹੈ, ਉਹਨੇ ਕਮਜ਼ੋਰ ਹੀ ਹੈ, ਮਤਲਬ ਇੱਕ ਤੁਹਾਨੂੰ ਦੁੱਧ ਦਾ ਇਸਤੇਮਾਲ ਅਸੀਂ ਨਹੀਂ ਕਰਦੇ ਹੁਣ ਅੱਜ ਕੱਲ੍ਹ, ਦੁੱਧ ਬਹੁਤ ਜ਼ਰੂਰੀ ਹੁੰਦਾ, ਦੁੱਧ ਪੀਣਾ ਚਾਹੀਦਾ ਬੋਨਸ ਵਾਸਤੇ, ਬੋਨਸ ਵਾਸਤੇ, ਮਸਲਸ ਵਾਸਤੇ, ਉਹਨਾਂ ਦਾ ਤੁਸੀਂ ਖੜ੍ਹੇ ਰਹਿੰਦੇ ਹੋ ਕੰਮ 24 ਘੰਟੇ, ਮਤਲਬ ਤੁਸੀਂ 15 ਘੰਟੇ ਖੜ੍ਹੇ ਰਹਿੰਦੇ ਹੋ, ਕਿਉਂ ਲੱਤਾਂ ਨੇ ਨਾ ਤੁਹਾਡੀ ਬਾਡੀ ਹੈ, ਕੋਈ ਮਸ਼ੀਨ ਤਾਂ ਨਹੀਂ ਹੈ ਨਾ, ਅਤੇ ਲਾਈਕ ਉਹਦੀ ਵਜ੍ਹਾ ਨਾਲ ਵੀ ਦਰਦ ਹੋ ਸਕਦਾ। ਫਿਰ ਅਗਰ ਤੁਸੀਂ ਬਹਿਣੇ ਦਾ ਕੰਮ ਕਰਦੇ ਹੋ, ਤੁਸੀਂ ਬੈਠੇ ਰਹਿੰਦੇ ਹੋ, ਸਰਕੂਲੇਸ਼ਨ ਨਹੀਂ ਹੁੰਦਾ ਬਲੱਡ ਦਾ, ਐਕਸਰਸਾਈਜ਼ ਨਹੀਂ ਹੁੰਦੀ, ਅਤੇ ਉਹਦੀ ਵਜ੍ਹਾ ਨਾਲ ਵੀ ਤੁਹਾਡੇ ਮਸਲ ਕਰੈਂਪਸ ਹੁੰਦੇ ਆ, ਤੁਹਾਨੂੰ ਟਾਇਰਡ ਫੀਲ ਕਰਦੇ ਹੋ ਤੁਸੀਂ ਲੱਤਾਂ, ਜਿਸ ਤਰ੍ਹਾਂ ਤੁਹਾਡੇ ਐਨਰਜੀ ਲੈਵਲ ਨਹੀਂ ਹੈ। ਅਤੇ ਇਹ ਹੋਮਿਓਪੈਥਿਕ ਹਰਬਲ ਜਿਹੜੀਆਂ ਦਵਾਈਆਂ ਨੇ, ਵਿਟਾਮਿਨ ਨੇ, ਸਪਲੀਮੈਂਟ ਨੇ, ਇਹ ਤੁਹਾਡੀ ਮਤਲਬ ਪ੍ਰੋਬਲਮ ਤੋਂ ਬਚਾਉਣ ਵਾਸਤੇ ਵੀ ਨੇ, ਸਮਝ ਗਏ ਨਾ, ਕਿ ਅਗਰ ਤੁਸੀਂ ਇਹ ਕਰੋਗੇ, ਆਪਣੇ ਟੇਕ ਕੇਅਰ ਕਰੋਗੇ, ਤੁਸੀਂ ਆਪਣੀ ਬਾਡੀ ਦਾ ਟੇਕ ਕੇਅਰ ਕਰੋਗੇ, ਹਰ ਬਾਡੀ ਪਾਰਟ ਦਾ ਉਹਦਾ ਸਪਲੀਮੈਂਟ ਇਸਤੇਮਾਲ ਕਰੋਗੇ, ਜੜੀ ਬੂਟੀਆਂ ਦੀਆਂ ਮਤਲਬ ਬਹੁਤ ਸਾਰੀਆਂ ਸਾਡੇ ਕੋਲ ਹਰਬਲ ਸਪਲੀਮੈਂਟ ਨੇ, ਔਰਤਾਂ ਵਾਸਤੇ ਨੇ, ਹੋਰ ਮਸਲਸ ਵਾਸਤੇ, ਜੁਆਇੰਟਸ ਵਾਸਤੇ, ਮਰਦਾਂ ਵਾਸਤੇ, ਜਿਹੜੇ ਬਹੁਤ ਜ਼ਿਆਦਾ ਪ੍ਰੋਬਲਮ ਹੈ, ਮਰਦ ਜਿਹੜੇ ਨੇ ਸਾਡੇ ਬਹੁਤ ਜ਼ਿਆਦਾ ਉਹਨਾਂ ਨੂੰ ਵੀਕਨੈਸ ਹੋ ਜਾਂਦੀ ਹੈ ਓਵਰ ਵਰਕ ਦੀ ਵਜ੍ਹਾ ਨਾਲ, ਅਤੇ ਉਹਨਾਂ ਨੂੰ ਚਾਹੀਦਾ ਕਿ ਇਹ ਮੇਲ ਫਾਰਮੂਲਾ ਹੈ, ਫੀਮੇਲ ਫਾਰਮੂਲਾ ਹੈ, ਇਸ ਤਰ੍ਹਾਂ ਦੀਆਂ ਜਿਹੜੀਆਂ ਡੇਲੀ ਯੂਜ਼ ਵਾਸਤੇ ਦਵਾਈਆਂ ਨੇ ਹੋਮਿਓਪੈਥਿਕ ਹਰਬਲ ਦੀਆਂ। ਉਹਦੇ 'ਚ ਆਮ ਵਿਟਾਮਿਨ 'ਚ, ਸਾਡੇ ਵਿਟਾਮਿਨ 'ਚ ਇਹ ਫਰਕ ਹੈ ਕਿ ਜਿਸ ਤਰ੍ਹਾਂ ਹੁਣ ਫੀਮੇਲ ਫਾਰਮੂਲਾ, ਉਹਦੇ 'ਚ ਸਾਰੇ ਵਿਟਾਮਿਨ ਨੇ ਜਿਹੜੇ ਔਰਤਾਂ ਨੂੰ ਚਾਹੀਦੇ ਨੇ, ਲੇਕਿਨ ਉਹਦੇ ਇਲਾਵਾ ਉਹਦੇ 'ਚ ਜੜੀ ਬੂਟੀਆਂ ਨੇ ਜਿਹੜੀਆਂ ਕਿ ਉਹਨਾਂ ਦੀ ਹੋਰ ਵੀ ਇੰਟਰਨਲ ਪ੍ਰੋਬਲਮ, ਹਾਰਮੋਨ ਪ੍ਰੋਬਲਮ, ਉਹਦਾ ਵੀ ਟੇਕ ਕੇਅਰ ਕਰਦੇ ਨੇ, ਅਤੇ ਇਸ ਵਾਸਤੇ ਉਹਨਾਂ ਨੂੰ ਐਨਰਜੀ ਫੀਲ ਕਰਦੇ ਆ। ਇਸੇ ਤਰ੍ਹਾਂ ਮੇਲ ਫਾਰਮੂਲਾ ਜਿਹੜਾ, ਉਹਦੇ 'ਚ ਵੀ ਸਾਰੇ ਵਿਟਾਮਿਨ ਨੇ ਪਲੱਸ ਜੜੀ ਬੂਟੀਆਂ ਨੇ, ਜਿਹਦੇ 'ਚ ਉਹ ਜਦੋਂ ਇਸਤੇਮਾਲ ਕਰਦੇ ਉਹਨਾਂ ਨੂੰ ਐਨਰਜੀ ਲੈਵਲ ਵੱਧਦਾ, ਇੰਨਾ ਕੰਮ ਕਰੀਦਾ, ਇੰਨਾ ਮਤਲਬ ਰੈਸਟ ਨਹੀਂ ਕਰੀਦਾ, ਉਹ ਆਪਣੀ ਬਾਡੀ ਨੂੰ ਟੇਕ ਕੇਅਰ ਕਰਨ ਵਾਸਤੇ, ਕੋਈ ਇਹ ਨਹੀਂ ਕਿ ਬਿਮਾਰ ਹੀ ਹੋਵੋ ਅਤੇ ਇਹ ਦਵਾਈਆਂ ਖਾਣੀਆਂ ਨੇ, ਤੁਸੀਂ ਆਪਣਾ ਟੇਕ ਕੇਅਰ ਕਰੋ, ਜੁਆਇੰਟ ਫਾਰਮੂਲਾ ਖਾਓ, ਮੇਲ ਫਾਰਮੂਲਾ ਖਾਓ, ਬਾਡੀ ਦੀ ਮਸਾਜ ਕਰਿਆ ਕਰੋ, ਰੈਸਟ ਕਰਿਆ ਕਰੋ, ਨੀਂਦ ਪੂਰੀ ਕਰਿਆ ਕਰੋ, ਔਰ ਅਗਰ ਕੋਈ ਅੰਗਰੇਜ਼ੀ ਦਵਾਈਆਂ ਖਾ ਰਹੇ ਹੋ, ਉਹਦਾ ਸਬਸਟੀਟਿਊਟ ਹੈ ਹੋਮਿਓਪੈਥਿਕ ਹਰਬਲ 'ਚ, ਅਗਰ ਉਹ ਤੁਸੀਂ ਇਸਤੇਮਾਲ ਕਰੋਗੇ, ਆਸਤੇ ਆਸਤੇ ਆਪਣੀ ਅੰਗਰੇਜ਼ੀ ਦਵਾਈ ਤੁਹਾਡੀ ਛੁੱਟ ਜਾਏਗੀ, ਤੁਸੀਂ ਆਪਣੇ ਡਾਕਟਰ ਕੋਲ ਜਾਣਾ, ਚੈੱਕਅਪ ਉੱਥੇ ਕਰਾਉਣਾ, ਲੇਕਿਨ ਦਵਾਈਆਂ ਹੋਮਿਓਪੈਥਿਕ ਹਰਬਲ ਖਾਣੀਆਂ ਨੇ ਤਾਂ ਕਿ ਤੁਹਾਡੀ ਸਿਹਤ ਸਹੀ ਰਹੇ। ਜੀ ਜੀ, ਹੁਣ ਪ੍ਰੋਗਰਾਮ ਦੇ ਹਿੱਸੇ 'ਚ ਡਾਕਟਰ ਸਾਹਿਬ ਸਾਨੂੰ ਇਹ ਦੱਸ ਦਿਓ, ਜਿਹੜੇ ਸਾਡੇ ਦਰਸ਼ਕਾਂ ਨੂੰ ਇਹ ਵਾਕਈ ਬਿਮਾਰ ਪ੍ਰੋਬਲਮ ਹੋ ਗਈ ਜੀ, ਜਿਨ੍ਹਾਂ ਨੇ ਐਲੋਪੈਥੀ ਦੀ ਦਵਾਈਆਂ ਅੰਦਰ ਅੰਦਰ ਖਾਧੀਆਂ, ਉਹਨਾਂ ਨੂੰ ਮਤਲਬ ਹੁਣ ਨੁਕਸਾਨ ਲੱਗਦਾ ਕਿ ਸਾਡੀ ਬਾਡੀ 'ਚ ਇੱਕ ਨੁਕਸਾਨ ਹੋ ਗਿਆ, ਹੁਣ ਉਹਨਾਂ ਨੂੰ ਕੋਈ ਚੀਜ਼ ਪਾਇਲਪ ਹੋ ਗਈ, ਇੰਟਰਨਲ ਔਰਗਨਸ ਨੂੰ ਨੁਕਸਾਨ ਪਹੁੰਚ ਗਿਆ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਦੱਸ ਦਿਓ ਹਰਬਲ ਔਰ ਹੋਮਿਓਪੈਥੀ ਦੇ ਵਿੱਚ ਤੁਹਾਡੇ ਖਜ਼ਾਨੇ ਦੇ ਵਿੱਚ ਮੈਂ ਕਹਾਂ ਕਿ ਕੀ ਹੈ ਸਾਡੇ ਦਰਸ਼ਕਾਂ ਦੇ ਕੋਲ, ਕੀ ਅਚੂਕ ਬਾਣ ਹੈ, ਕੀ ਦਵਾਈ ਉਹਨਾਂ ਨੂੰ ਦਿੰਦੇ ਹੋ, ਔਰ ਕਿਹੜੀ ਕਿਹੜੀ ਵਾਸਤੇ ਕਿਹੜੀ ਕਿਹੜੀ ਪਰਟੀਕੁਲਰ ਦਵਾਈ ਉਹ
थोड़ी जानकारी साढ़े दर्शक जरूर मिसाल डायबिटिक जेड़ा बहुत कॉमन प्रॉब्लम है और लोग डायबिटिक की दवाई टैबलेट वगैरह भी खाते हैं इंसुलिन भी लेंगे है लेकिन होम्योपैथिक जेड़ा डायबिटिक फार्मूला बहुत वेरी इफेक्टिव है और कई लोगों को राइट अवे अंग्रेजी दवाई छुट जाती है कई आस्ते आस्ते छुटेगी लेकिन वो इस्तेमाल करना चाहिए डायबिटिक फार्मूला अच्छा दूसरा जेड़ा जॉइंट पेन है अगर थानू मसल पेन ने बॉडी पेन है तो वास्ते जॉइंट फार्मूला इस्तेमाल करना चाहिए जी जी कॉल ले रहे हेलो 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 हाँ जी हाँ जी सत श्री अकाल जी बहन जी अपना नाम दस दो हेलो हेलो हाँ जी अपना नाम तो शहर दस दो जी असित मैडलैंड तो बोल रहे हैं जी हाँ जी अपना की कहना चाहोगे डॉक्टर साहब जी सत श्री अकाल जी की क्वेश्चन है तुम्हारा दसो मेरा क्वेश्चन ये है कि मेरे ना पैर में बहुत दर्द होती है पैर में जो गिटी होने थोड़े थोड़े सोज रही है इंज लगता है कि जितना ना स्वेलिंग हो जाती है ओके थोड़ा वजन तो नहीं ज्यादा नहीं मेरा वजन है 134 ओके ठीक है और तुसी ज्यादा खलोड़े दा काम करदे हो ब्लड सर्कुलेशन पूरी तरह नहीं होंदी ते ओदे वास्ते तुसी एक ते जॉइंट फार्मूला मंगा लो तुसी और एक थैरा ऑयल मंगा लो ठीक है ते ओ तुसी मैं ना डॉक्टर दे गए से आए ते मैं टेस्ट लेके आई से पहले मैं टेस्ट सारे क्लियर करोनी है कि की विच होंदे ने फिर मैं तन्नू कॉल करूंगी जी बिल्कुल ओ टेस्ट वगैरह करांदे रहो लेकिन ऐ तुसी एदे सप्लीमेंट खाओ ताकि तुहाडी बोन्स और मसल जेड़े ने स्ट्रांग होन जी हां जी ऑयल वेट बहुत लूज हो रहा है मेरा 145 वेट सीगा ते 134 हो गया ओके ठीक है तुसी टेस्ट वगैरह करा के ते फिर ऐ तुसी जॉइंट फार्मूला ते एनीवे तुसी शुरू करो और थैरा ऑयल मंगवा लो दी मालिश करया करो ठीक है हाजमा ठीक हो रोटी जड़ी खान हजम हो लगे समझ गए ना हाँ जी हाँ जी कॉल कर लेना ऑफिस दे नंबर स्टमक च इन्फ्लेमेशन हो जाती है कदे डायरिया हो जाता है कदे कब्ज हो जाती है राइट हाँ जी हाँ तो उन्होंने बहुत अच्छा इलाज है तो तुम मैं इस नंबर से कॉल करके बिलकुल तो इस तो अलावा मैं डॉक्टर साहब ने जिस तरह गल कर रहे थे कि डॉक्टर साहब ने तुसी 7183963600 ते फोन करके गल कर सकते हो जो साडे दर्शकों ने उन्हें फोन किया वो भी यह नंबर नोट कर लैन तो डॉक्टर साहब के स्टाफ ने अपनी सारी परेशानी लिखवा दें तो अपॉइंटमेंट फिक्स कर लैन इस तो अलावा डॉक्टर साहब होम्यो डॉक्टर USA@gmail.com पर मेल भी कर सकते हो अपनी जी समस्या वो लिख के उन्होंने मेल भी कर सकते हो तो चीज़ा डॉक्टर साहब एक प्रोग्राम के इस हिस्से के असं गल करते हैं जो असं कहने कि साइड इफेक्ट हो गए यह तो जो अपने एक तजुर्बे के हिसाब से साडे दर्शकों को दसो कि ज़्यादा होंगे बुजुर्गों को ज़्यादा इफेक्ट हो रहा है लेडीज़ को हो रहा है बच्चों को हो रहा है किहड़ा सैगमेंट असीं जिहनूं कहीए स्पैशल टारगेट हो रहा है इस चीज़ के विच देखो साइड इफेक्ट तो कोई भी अंग्रेजी दवाई का होंगे लेकिन अगर मजबूरी के तौर पर ज्यादा खाते हैं हाँ उन्होंने हाँ उन्होंने जो स्पेशली बुजुर्ग ज्यादा खाते हैं महिलाएं खाती हैं कौन खाता है सारे बुजुर्ग भी अच्छा हाँ यह बहुत अच्छा क्वेश्चन किया जो बहुत ज्यादा बुजुर्ग ने और चंगी तरह उन्होंने मतलब चैकअप के बाद पता लगता है कि एवरीथिंग इज़ ओके सिर्फ कोलेस्ट्रॉल थोड़ा जहा ज़्यादा है थोड़ा ब्लड प्रेशर ज़्यादा है दवाई लाती उन्होंने दवाई ला के एस्प्रीन भी नाल लाती नाल पेन किलर भी लाता तो वो दवाइया खा खा के उन्होंने होर स्टमक प्रॉब्लम हो गए उन्होंने भुख खत्म हो जाती है यूजली और उन्होंने मतलब अगर भुख खत्म हो जाएगी तो खाण पीन दे नहीं तो उन्होंने होर ज़्यादा वीकनेस हो जाएगी और कोलेस्ट्रॉल की दवाई जी है वह मसल्स बोनस न वीक करती है एस्प्रीन दे देंगे डॉक्टर जी चलो जी खून पतला हो जाए मैं एडवाइस करांगा जेडे बुजुर्ग लोग ने जिन्हों कोई मेडिकल प्रॉब्लम नहीं है थोड़ी बहुत
ਮਤਲਬ ਕੋਲੈਸਟ੍ਰੋਲ ਦੀ ਵਜ੍ਹਾ ਨਾਲ ਉਹਨਾਂ ਨੂੰ ਦਵਾਈ ਜਿਹੜੀ ਹੈ ਦੇਣਾ ਸਹੀ ਨਹੀਂ ਹੈ। ਅਗਰ ਉਹ ਦਵਾਈਆਂ ਤੋਂ ਬਚੇ ਰਹਿੰਦੇ ਤਾਂ ਉਹ ਜ਼ਿਆਦਾ ਬਿਹਤਰ ਰਹਿੰਦੇ। ਦੂਸਰੀ ਗੱਲ ਹੈ ਕਿ ਉਹਨਾਂ ਨੂੰ ਅਗਰ ਹੋਮਿਓਪੈਥਿਕ ਹਰਬਲ 'ਚ ਉਹਨਾਂ ਨੂੰ ਇਸ ਤਰ੍ਹਾਂ ਦੇ ਟੋਨਿਕ ਵਗੈਰਾ ਦਿੱਤੇ ਜਾਣ ਜਿਹੜੇ ਕਿ ਉਹਨਾਂ ਨੂੰ ਉਹਨਾਂ ਦਾ ਡਾਈਜੈਸਟਿਵ ਸਿਸਟਮ ਅੱਛਾ ਰਹੇ, ਉਹਨਾਂ ਨੂੰ ਵੀਕਨੈਸ ਨਾ ਰਹੇ, ਉਹਨਾਂ ਦੀ ਭੁੱਖ ਵਗੈਰਾ ਲੱਗੇ, ਉਹਨਾਂ ਦੀ ਬੋਨਸ ਵਾਸਤੇ ਸਪਲੀਮੈਂਟ ਦਿੱਤੇ ਜਾਣ, ਕੁਝ ਆਇਲ ਵਗੈਰਾ ਮਾਲਿਸ਼ ਕੀਤੇ ਜਾਣ, ਜਾਂ ਉਹਨਾਂ ਦੇ ਦਿਮਾਗ ਵਾਸਤੇ ਉਹਨਾਂ ਦੀ ਮੈਮਰੀ ਵਾਸਤੇ ਕੁਝ ਟੋਨਿਕਸ ਹੁੰਦੇ ਆ। ਹੋਮਿਓਪੈਥਿਕ ਹਰਬਲ ਜ਼ਿਆਦਾਤਰ ਚੀਜ਼ਾਂ ਹੁੰਦੀਆਂ ਨੇ ਪ੍ਰੀਵੈਂਟਿਵ ਔਰ ਸਪਲੀਮੈਂਟ, ਮਤਲਬ ਕੋਈ ਡਰੱਗਸ ਨਹੀਂ ਹੁੰਦੀਆਂ ਕਿ ਜਿਹੜੀ ਤੁਹਾਨੂੰ ਪ੍ਰੋਬਲਮ ਔਰ ਪ੍ਰੀਵੈਂਸ਼ਨ ਵਾਸਤੇ ਜ਼ਿਆਦਾ ਹੁੰਦੀਆਂ ਨੇ ਕਿ ਜਿਹੜੇ ਉਹਨਾਂ ਦੇ ਨੈਚੁਰਲੀ ਹਾਰਮੋਨਸ ਉਮਰ ਦੇ ਲਿਹਾਜ਼ ਨਾਲ ਘੱਟ ਜਾਂਦੇ ਨੇ ਉਹਨਾਂ ਵਾਸਤੇ ਸਪਲੀਮੈਂਟ ਹੁੰਦੇ ਆ ਜਿਹੜੇ ਕਿ ਉਹਨਾਂ ਨੂੰ ਇਸਤੇਮਾਲ ਕਰਾਉਂਦੇ ਰਹੋ ਅਤੇ ਉਹਦੀ ਵਜ੍ਹਾ ਨਾਲ ਉਹਨਾਂ ਦੀ ਸਿਹਤ ਸਹੀ ਰਹਿੰਦੀ ਹੈ। ਔਰ ਦੂਸਰੇ ਮੈਨ ਜਿਹੜੇ ਨੇ ਕਿਸੇ ਵੀ ਏਜ ਦੇ ਜਿਹੜੇ ਨੇ ਉਹਨਾਂ ਨੂੰ ਕੋਲੈਸਟ੍ਰੋਲ ਔਰ ਬਲੱਡ ਪ੍ਰੈਸ਼ਰ ਦੀ ਦਵਾਈ ਖਾ ਕੇ ਜਾਂ ਸ਼ੂਗਰ ਦੀ ਦਵਾਈ ਖਾ ਕੇ ਉਹਨਾਂ ਨੂੰ ਸੈਕਸ਼ੂਅਲ ਪ੍ਰੋਬਲਮ ਬਹੁਤ ਜ਼ਿਆਦਾ ਹੋ ਜਾਂਦਾ ਹੈ, ਬਹੁਤ ਜ਼ਿਆਦਾ ਟਾਇਰਡ ਫੀਲ ਕਰਦੇ ਹੈ, ਥੱਕ ਜਾਂਦੇ ਹੈ, ਔਰ ਦਵਾਈਆਂ ਵੀ ਖਾਈ ਜਾ ਰਹੇ ਹੈ ਔਰ ਔਰ ਅੱਛਾ ਵੀ ਨਹੀਂ ਫੀਲ ਕਰ ਰਹੇ, ਉਹਨਾਂ ਨੂੰ ਹੋਰ ਜ਼ਿਆਦਾ ਕਮਜ਼ੋਰੀ ਫੀਲ ਕਰ ਰਹੇ ਨੇ। ਅਤੇ ਉਹਨਾਂ ਦਾ ਹੱਲ ਇਹੀ ਹੈ ਕਿ ਹੋਮਿਓਪੈਥਿਕ 'ਚ ਹਰਬਲ 'ਚ ਜਿਹੜਾ ਕਿ ਸਪਲੀਮੈਂਟ ਹੁੰਦੇ ਆ, ਮੇਲ ਫਾਰਮੂਲਾ ਹੁੰਦਾ ਹੈ, ਮੈਨ ਸਪਲੀਮੈਂਟ ਹੁੰਦੇ ਆ, ਮੈਨਸ ਦੇ ਹਾਰਮੋਨ ਵਧਾਉਣ ਵਾਸਤੇ ਦਵਾਈਆਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਦੀ ਐਨਰਜੀ ਲੈਵਲ ਨੂੰ ਜ਼ਿਆਦਾ ਰੱਖੇ, ਸਟਰੋਂਗ ਰੱਖੇ, ਉਹਨਾਂ ਦੀ ਪਰਸਨਲ ਲਾਈਫ ਜਿਹੜੀ ਹੈ ਹਸਬੈਂਡ ਵਾਈਫ ਦੀ ਰਿਲੇਸ਼ਨਸ਼ਿਪ ਨੇ ਉਹਦੇ 'ਚ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ। ਔਰ ਉਸ ਤੋਂ ਇਲਾਵਾ ਅਗਰ ਉਹ ਦਵਾਈਆਂ ਅੰਗਰੇਜ਼ੀ ਖਾ ਰਹੇ ਨੇ ਸ਼ੂਗਰ ਦੀ, ਬਲੱਡ ਪ੍ਰੈਸ਼ਰ ਦੀ, ਕੋਲੈਸਟ੍ਰੋਲ ਦੀ, ਅਤੇ ਉਹਦਾ ਵੀ ਸਬਸਟੀਟਿਊਟ ਹੈ, ਅਗਰ ਉਹ ਦਵਾਈਆਂ ਉਹਨਾਂ ਦੀਆਂ ਛੁੱਟ ਜਾਂਦੀਆਂ ਤਾਂ ਉਹਨਾਂ ਨੂੰ ਵੈਸੇ ਵੀ ਐਨਰਜੀ ਲੈਵਲ ਉਹਨਾਂ ਦਾ ਵੱਧ ਜਾਏਗਾ। ਔਰ ਉਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਆਪਣੇ ਡਾਕਟਰ ਦੇ ਮਸ਼ਵਰੇ ਨਾਲ ਵੀ ਕਰ ਸਕਦੇ ਹੋ, ਡਾਕਟਰ ਕੋਲ ਜਾਓ, ਚੈੱਕਅਪ ਉੱਥੇ ਕਰਾਓ, ਦਵਾਈ ਜਿਹੜੀ ਹੈ ਹੋਮਿਓਪੈਥਿਕ ਹਰਬਲ ਸ਼ੁਰੂ ਕਰੋ, ਔਰ ਤੁਸੀਂ ਜਦੋਂ ਅੱਛਾ ਫੀਲ ਕਰੋਗੇ ਤੁਹਾਨੂੰ ਨਾ ਤੁਹਾਨੂੰ ਪ੍ਰੋਬਲਮ ਹੋਏਗਾ ਨਾ ਤੁਹਾਡੇ ਡਾਕਟਰ ਨੂੰ ਪ੍ਰੋਬਲਮ ਹੋਏਗਾ। ਔਰ ਇੰਨੀਆਂ ਦਵਾਈਆਂ ਖਾ ਕੇ ਅੰਗਰੇਜ਼ੀ ਉਹਦੇ ਬਾਵਜੂਦ ਵੀ ਬੰਦੇ ਜਿਹੜੇ ਨੇ ਉਹ ਫੀਲ ਕਰਦੇ ਨੇ ਕਿ ਦੇ ਆਰ ਵੈਰੀ ਟਾਇਰਡ। ਜੀ ਜੀ। ਅਤੇ ਇੱਕ ਚੀਜ਼ ਹੋਰ ਮੈਂ ਦੇਖੀ, ਜਿਹੜੇ ਬੱਚੇ ਸਾਡੇ ਸਕੂਲਾਂ 'ਚ ਪੜ੍ਹਦੇ, ਕਾਲਜਾਂ 'ਚ ਪੜ੍ਹਦੇ, ਟੀਨੇਜਰਸ ਨੇ ਜਿਹੜੇ ਜ਼ਿਆਦਾਤਰ ਉੱਥੇ, ਜਿਹਨਾਂ ਨੂੰ ਅਸੀਂ ਕਹਿੰਦੇ ਮੋਬਾਈਲ ਜਨਰੇਸ਼ਨ ਜਾਂ ਅਤੇ ਮੋਬਾਈਲਾਂ 'ਤੇ ਲੱਗੇ ਰਹਿੰਦੇ ਆ, ਲੈਪਟਾਪ 'ਤੇ, ਇੱਕ ਮੈਂ ਦੇਖਿਆ ਉਹਨਾਂ ਦੇ ਵਿੱਚ ਨਾ ਆਈ ਰੈਸ਼ਿਜ਼ ਦੀ ਬੜੀ ਪ੍ਰੋਬਲਮ ਹੁੰਦੀ ਹੈ, ਸਕਿਨ ਡਿਸੀਜ਼ ਨਾਲ ਬੜੀ ਉਹ ਸਫ਼ਰ ਕਰਦੇ ਨੇ, ਉਧਰੋਂ ਪੇਪਰਾਂ ਦੇ ਦਿਨ ਹੁੰਦੇ ਨੇ, ਉਧਰੋਂ ਬਿਮਾਰ ਪਏ ਹੁੰਦੇ ਨੇ, ਆਈ ਰੈਸ਼ਿਜ਼ ਹੈ, ਸਕਿਨ ਡਿਸੀਜ਼ ਹੈ, ਅਤੇ ਇਹ ਚੀਜ਼ਾਂ ਕਈ ਵਾਰ ਉਹਨਾਂ ਨੂੰ ਵੀ ਦਵਾਈਆਂ ਘਰ ਦੇ ਦਿੰਦੇ ਆ, ਖਾ ਲੈ ਤਾਂ ਉਹਦੇ ਨਾਲ ਕਾਫੀ ਇਫੈਕਟ ਪੈ ਜਾਂਦਾ। ਸਾਡੇ ਟੀਨੇਜਰਸ ਜਿਹੜੇ ਬੱਚੇ ਨੇ ਸਾਡੇ ਦੇਖ ਰਹੇ ਨੇ ਪ੍ਰੋਗਰਾਮ, ਉਹਨਾਂ ਨੂੰ ਜਾਂਦੇ ਪੱਕੀ ਸਲਾਹ ਦਈਏ, ਉਹਨਾਂ ਨੂੰ ਐਡਵਾਈਸ ਇਹੀ ਹੈ ਕਿ ਤੁਸੀਂ ਆਪਣਾ ਰੈਸਟ ਵੀ ਕਰਿਆ ਕਰੋ, ਸਿਰਫ ਹਰ ਵੇਲੇ ਇੰਟਰਨੈਟ ਟੋਪ ਲੈਪਟੋਪ ਜਾਂ ਮਤਲਬ ਫੋਨਾਂ 'ਤੇ ਨਾ ਰਿਹਾ ਕਰੋ, ਆਪਣੇ ਦਿਮਾਗ ਨੂੰ ਥੋੜ੍ਹਾ ਸਕੂਨ ਦਿਓ ਤਾਂ ਕਿ ਤੁਹਾਡਾ ਇਮਿਊਨ ਸਿਸਟਮ ਸਹੀ ਰਹੇ, ਔਰ ਅਗਰ ਇਮਿਊਨ ਸਿਸਟਮ ਤੁਹਾਡਾ ਵੀਕ ਹੁੰਦਾ ਹੈ ਤਾਂ ਫਿਰ ਤੁਸੀਂ ਬਿਮਾਰ ਹੁੰਦੇ ਹੋ, ਉਹਦੇ 'ਚ ਐਲਰਜੀਜ਼ ਵੀ ਹੁੰਦੀਆਂ ਨੇ, ਸਕਿਨ ਰੈਸ਼ਿਜ਼ ਵੀ ਹੁੰਦੇ ਨੇ, ਸਕਿਨ ਪ੍ਰੋਬਲਮ ਵੀ ਹੁੰਦੀ ਹੈ, ਹੋਰ ਮਤਲਬ ਕਿਸ ਕਿਸਮ ਦੀਆਂ ਜਿਹੜੀਆਂ ਅੱਖਾਂ 'ਚ ਤੁਹਾਡੇ ਬਹੁਤ ਰੈਡਨੈਸ ਹੋ ਜਾਂਦੀ ਹੈ, ਅੱਖਾਂ 'ਚ ਇਚਿੰਗ ਆਉਂਦੀ ਹੈ, ਅਤੇ ਉਹਦੇ ਵਾਸਤੇ ਵੀ ਹੋਮਿਓਪੈਥਿਕ ਦਾ ਬਹੁਤ ਅੱਛਾ ਇਲਾਜ ਹੈ। ਲੇਕਿਨ ਆਪਣਾ ਪ੍ਰੀਵੈਂਸ਼ਨ ਜਿਹੜਾ ਕਰਨਾ ਉਹ ਤੁਹਾਡੇ ਹੱਥ 'ਚ ਹੈ, ਅਤੇ ਲਾਈਫ ਸਟਾਈਲ ਚੇਂਜ ਕਰਨਾ, ਖਾਣੇ ਪੀਣੇ 'ਤੇ ਧਿਆਨ ਦੇਣਾ, ਫਰੂਟ ਵੈਜੀਟੇਬਲ ਦੁੱਧ ਵਗੈਰਾ ਦਾ ਇਸਤੇਮਾਲ, ਬਟਰ ਦੇਸੀ ਘਿਓ ਵਗੈਰਾ ਦਾ ਇਸਤੇਮਾਲ ਕਰਨਾ ਚਾਹੀਦਾ ਹੈ, ਸਬਜ਼ੀਆਂ ਇਸਤੇਮਾਲ ਕਰਨੀਆਂ ਚਾਹੀਦੀਆਂ ਨੇ, ਸਾਰਾ ਚੀਜ਼ਾਂ ਨੂੰ ਇਸਤੇਮਾਲ ਕਰੋ ਲੇਕਿਨ ਵਿਦ ਇਨ ਲਿਮਿਟ 'ਚ ਰਹਿ ਕੇ। ਸ਼ੂਗਰ ਜਿਹੜੀਆਂ ਚੀਜ਼ਾਂ ਨੇ, ਸ਼ੂਗਰ ਵਾਲੀਆਂ, ਸੋਡੇ, ਜੂਸ, ਕੈਂਡੀਆਂ ਵਗੈਰਾ ਐਵਰੀ ਡੇ ਬੇਸਿਸ 'ਤੇ ਨਹੀਂ ਖਾਣੀ, ਕਦੇ ਅਗਰ ਇਸਤੇਮਾਲ ਕਰਨਾ ਚਾਹੋ ਠੀਕ ਹੈ, ਲੇਕਿਨ ਜ਼ਿਆਦਾ ਜਿਹੜਾ ਔਰ ਓਵਰ ਈਟਿੰਗ ਨਹੀਂ ਕਰਨੀ ਕਿ ਤੁਸੀਂ ਰੋਟੀ ਵੀ ਖਾ ਲਓ ਫਿਰ ਨਾਲ ਕਹੋ ਜੀ ਇਹ ਫਰੂਟ ਚੰਗਾ, ਇਹ ਵੀ ਖਾ ਲਓ, ਫਰੂਟ ਜੂਸ ਵੀ ਪੀ ਲਓ, ਇਹ ਲੱਸੀ ਵੀ ਪੀ ਲਓ, ਦਹੀਂ ਵੀ ਖਾ ਲਓ, ਆਈਸਕ੍ਰੀਮ ਵੀ ਖਾ ਲਓ, ਅਤੇ ਕੀ ਹੋਏਗਾ, ਤੁਸੀਂ ਓਵਰ ਈਟਿੰਗ ਕਰ ਰਹੇ ਹੋ ਔਰ ਉਹਦੀ ਵਜ੍ਹਾ ਨਾਲ ਤੁਹਾਡੀ ਬਾਡੀ ਜਿਹੜੀ ਹੈ ਉਹ ਤੁਹਾਡਾ ਮਤਲਬ ਫੰਕਸ਼ਨ ਸਹੀ ਨਹੀਂ ਕਰਦੀ। ਇਟ ਹੈਜ਼ ਟੂ ਬੀ ਇਨ ਲਿਮਿਟਸ। ਅਤੇ ਡਾਕਟਰ ਸਾਹਿਬ ਦੀ ਤੁਹਾਨੂੰ ਸਾਰਿਆਂ ਨੂੰ ਸਲਾਹ ਹੈ ਕਿ ਜਿਹੜਾ ਖਾਣ ਪੀਣ ਦੀ ਆਪਣੀ ਹੈਬਿਟਸ ਆ ਉਹ ਠੀਕ ਕਰੋ, ਸਲੀਪ ਆਵਰਸ ਠੀਕ ਕਰੋ, ਮੋਬਾਈਲ ਤੋਂ ਥੋੜ੍ਹਾ ਜਿਹਾ ਪਰਹੇਜ਼ ਕਰੋ, ਤਰੀਕੇ ਨਾਲ ਉਹਨੂੰ ਇਸਤੇਮਾਲ ਕਰੋ। ਇਹ ਤੁਹਾਡੇ ਬਹੁਤ ਹੀ ਬੇਸ਼ਕੀਮਤੀ ਔਰ ਸੀਗੇ ਵੈਲਿਊਬਲ ਐਡਵਾਈਸ ਹੈ ਸਾਡੇ ਸਾਰੇ ਦਰਸ਼ਕਾਂ ਦੇ ਵਾਸਤੇ, ਖਾਸ ਤੌਰ 'ਤੇ ਟੀਨੇਜਰਸ ਨੂੰ ਤੁਸੀਂ ਦੱਸਿਆ। ਔਰ ਡਾਕਟਰ ਸਾਹਿਬ ਨੇ ਤੁਹਾਨੂੰ ਇਹ ਦੱਸਿਆ ਕਿ ਜਿਹੜੇ ਦਵਾਈਆਂ ਪੁੱਠੀਆਂ ਸਿੱਧੀਆਂ ਅਸੀਂ ਖਾਂਦੇ ਹਾਂ, ਘਰੋਂ ਚੁੱਕ ਕੇ ਦਵਾਈ ਖਾ ਲਈ, ਅਲਮਾਰੀ ਤੋਂ ਕੱਢ ਕੇ ਪੁਰਾਣੀ ਦਵਾਈ ਖਾ ਲਈ, ਇਸ ਹੈਬਿਟ ਨੂੰ ਥੋੜ੍ਹਾ ਅਵੋਇਡ ਕਰੋ ਔਰ ਇਹਦੇ ਨਾਲ ਜਿਹੜੇ ਸਾਈਡ ਇਫੈਕਟ ਨੇ ਉਹਨਾਂ ਤੋਂ ਬਚਣ ਦੇ ਲਈ ਹੋਮਿਓਪੈਥੀ ਔਰ ਹਰਬਲ ਦੀ ਦਵਾਈਆਂ 'ਤੇ ਯਕੀਨ ਕਰੋ, ਹੋਮਿਓਪੈਥੀ ਔਰ ਹਰਬਲ ਦੀ ਦਵਾਈਆਂ ਦਾ ਇਸਤੇਮਾਲ ਕਰੋ। ਔਰ ਡਾਕਟਰ ਸਾਹਿਬ ਦਾ ਕਲੀਨਿਕ ਹੈ ਨਿਊਯਾਰਕ ਦੇ ਵਿੱਚ, 7183963600 ਨੰਬਰ ਨੀਚੇ ਆ ਰਿਹਾ। ਡਾਕਟਰ ਸਾਹਿਬ ਦੇ ਸਟਾਫ ਨੂੰ ਆਪਣਾ ਨੰਬਰ ਅਤੇ ਆਪਣੀ ਸਮੱਸਿਆ ਲਿਖਵਾਓ, ਪਰੇਸ਼ਾਨੀ ਲਿਖਵਾਓ, ਉਹਨਾਂ ਦੀ ਟੀਮ ਤੁਹਾਨੂੰ ਸੰਪਰਕ ਕਰੇਗੀ, ਡਾਕਟਰ ਸਾਹਿਬ ਨਾਲ ਤੁਹਾਡਾ ਅਪਾਇੰਟਮੈਂਟ ਫਿਕਸ ਹੋਏਗਾ। ਔਰ ਜੇ ਤੁਸੀਂ ਨਿਊਯਾਰਕ ਤੋਂ ਬਾਹਰ ਹੋ ਤਾਂ ਤੁਸੀਂ ਕੁਰੀਅਰ 'ਤੇ ਵੀ ਦਵਾਈਆਂ ਮੰਗਾ ਸਕਦੇ ਹੋ। ਅਤੇ ਅਸੀਂ ਡਾਕਟਰ ਚੌਧਰੀ ਦੀ ਬਹੁਤ ਹੀ ਬਿਹਤਰੀਨ ਐਡਵਾਈਸ ਔਰ ਬਹੁਤ ਹੀ ਬੇਸ਼ਕੀਮਤੀ ਸਲਾਹ ਤੁਹਾਨੂੰ ਦੇ ਰਹੇ ਨੇ। ਔਰ ਡਾਕਟਰ ਚੌਧਰੀ ਦਾ ਇਸ ਲਈ ਬਹੁਤ ਬਹੁਤ ਧੰਨਵਾਦ, ਸਾਡੇ ਸਟੂਡੀਓ 'ਚ ਆਉਣ ਲਈ ਬਹੁਤ ਬਹੁਤ ਧੰਨਵਾਦ। ਅਗਲੇ ਹਫ਼ਤੇ ਅਗਲੇ ਐਪੀਸੋਡ ਦੇ ਨਾਲ